ਸੋ ਫਤਿਹ ਸਿੰਘ ਹੈ ਯੂ ਗੁੱਡ ਬੋਏ ਕਮਨ ਚਲੋ ਬੋਏ ਚੱਲੀਏ ਸਕੂਲ ਚਲੋ ਬੋਏ ਚੱਲੀਏ ਸਕੂਲ ਮੈਂ ਥੇ ਸੈਕ ਰੱਖ ਦਿੱਤਾ ਆ ਜਾ ਪੁੱਤ ਹਾਏ ਹਾਏ ਜਲਦੀ ਆਓ ਓ ਮਾਈ ਗੱਡ ਏ ਗਰੂਪ ਬਾ ਦੈਟਸ ਬੈਡ ਯੂ نو ਦੈਟ ਹੈ ਫਤਿਹ ਦੋਨੇ ਬ੍ਰਵਰ ਜੋ ਅਮਰੇਲੇ ਵਿੱਚ ਮੇਕੋ ਮੇਰਾ ਕੋਟ ਹੈਗਾ ਅਮਰੇਲੇ ਚ ਵੜ ਨਹੀਂ ਇੰਨੀ ਰੇਨਿੰਗ ਦੇ ਵਿੱਚ ਵੀ ਫਤਿਹ ਸਿੰਘ ਆਇਆ ਸਕੂਲ ਇਹਨੇ ਫਤਿਹ ਸਿੰਘ ਕੱਪੜੇ ਵੀ ਜਿਹੜੀ ਬਾਹਾਂ ਇਹਨਾਂ ਆ ਵੀ ਗਿੱਲੀਆਂ ਸੋ ਕਾ ਜਾ ਕੇ ਕਰਦੀਆਂ ਚੇਂਜ ਓ ਮਾਈ ਗਾਡ ਮੈਂ ਪੁੱਠੇ ਸਿੱਧੇ ਇੱਥੇ ਮੂੰਹ ਬਣਾਉਂਦੀ ਆ ਤੇ ਮੇਰਾ ਸਾਰਾ ਫੇਸ ਵੀ ਗਿੱਲਾ ਹੋ ਚੁੱਕਾ ਹੈ ਅੱਗੋ-ਗੋ ਪੱਗ ਵੀ ਥੋੜੀ ਗਿੱਲੀ ਤੇ ਨਜਰ ਆਉਂਦੀ ਓ ਮਾਈ ਗਾਡ ਸੋ ਲੋ ਜੀ ਐ ਸਾਰਾ ਸਾਮਾਨ ਹੋ ਗਿਆ ਤੇ ਇੱਧਰ ਲਾਉਣ ਲੱਗੀਆਂ ਕੜਾਈਆਂ ਵਾਹਿਗੁਰੂ ਵਾਹੇ ਗੁਰੂ so love you guys fateh singh da breakfast ho gaya ching oh my god so fateh singh hey you good boy come on so fateh singh nu kal ro one hai breakfast te main hun ready shaddy so hey you good boy hey you ma baby hey ma baby bye ਬਾਈ ਸੋ ਲੋਜ ਗਾਇਸ ਅੱਜ एवरीथिंग ਇਜ਼ ਥਾਈਡ ਅਪ ਬਿਕਾਸ ਮਾਰਨਿੰਗ ਹੋ ਚੁੱਕੀ ਆ ਬੱਚੇ ਚਲੇ ਆ ਸਕੂਲ ਤੇ ਮੈਂ ਵੀ ਕਰ ਦਿਆ ਡਰੋਪ ਥੋੜਾ ਜਿਹਾ ਨਾ ਕਟਨ ਮੈਂ ਕਿਹਾ ਥੋੜਾ ਸੈਟ ਆਊਟ ਕਰ ਹੀ ਜਾਨੀ ਆ ਪ੍ਰੋਪਰਲੀ ਸੋ ਲੋਜੀ एवरीथिंग ਇਜ਼ ਡਨ ਗਾਇਸ ਮੈਂ ਸਾਰਾ ਕੁਝ ਨਾ ਪਹਿਲੇ ਵੜਾਫਟ ਕਲੀਨ ਉਠਾੜੀ ਅਪ ਕਰ ਲਿਆ ਹੀ ਬਾਕੀ ਦੇ ਕੁਝ ਕੱਲ ਕੀਤਾ ਹੀ ਰਾਤ ਨੂੰ ਸੋ ਆ ਵੀ ਫਿੰਗਰਸ ਓਕੇ ਸੋ ਲੋਜ गाइस ਚਲਦੇ ਆ ਬੱਚਿਆਂ ਨੂੰ ਕਰਦੇ ਆ ਡ੍ਰੌਪ ਸ਼ਾਪ ਸਕੂਲ ਹੈ गाइस ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ एवरीवन ਇਜ਼ ਓਕੇ ਸੋ गाइस ਕੀ ਹਲਚਲ ਸਾਰਿਆਂ ਨਾਲ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੀ ਚੜ੍ਹਦੀ ਕਲਾ ਮੈਂ ਵੀ ਚੜ੍ਹਦੀ ਕਲਾ ਵਿੱਚ ਆ ਸੋ ਲੋ ਜੀ ਗਾਇਸ ਡੇਲੀ ਰੁਟੀਨ ਡੇਲੀ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਤਨਿੱ ਗਾਣ ਸਵਾਗਤ ਸੋ ਸਵੇਰ ਸਵੇਰ ਵੇਖ ਲੋ ਕਿੰਨੀ ਬਾਅਦ ਨੀਰਾ ਆ ਤੇ ਚੱਲੇ ਆ ਸਕੂਲ ਬੱਚਿਆਂ ਨੂੰ ਕਰਦੇ ਆ ਡ੍ਰੌਪ ਸਵੇਰੇ ਉੱਠੇ ਆ ਐਕਚੁਅਲੀ 4:30 'ਚ ਉੱਠ ਗਏ ਸੋ ਸਾਰਾ ਕੁਛ ਅਰਫਿੰਗ ਇਸ ਡਨ ਬਾਕੀ ਮੈਂ ਰਾਤ ਨੂੰ ਬਾਕੀ ਕਰਕੇ ਸੋ ਜਾਣੀ ਹੁੰਨੀ ਆ ਸੋ ਹੁਣ ਚੱਲਦੇ ਆ ਸਕੂਲ ਕਰਦੇ ਆ ਬੱਚਿਆਂ ਨੂੰ ਡ੍ਰੌਪ ਐਂਡ ਹੋ ਗਈ ਆ ਵੇਖ ਲੋ ਮਾਰਨਿੰਗ ਮਾਰਨਿੰਗ ਰੁਟੀਨ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਤਨਿੱ स्वागत गाइस तो मिल दिए गाइस गाइस फतेह सिंह चल स्कूल रेडी शेडी बॉय हाय गाइस वेलकम बैक टू द चैनल आई से सब्सक्राइब वेल डन बॉय सो गाइस well so माय चिकी मंकी चल स्कूल लव मी होम माय बेबी आई लव यू बाबा लव यू।, यू चलो बॉय चल लिए स्कूल चलो बॉय चल लिए स्कूल चलो बॉय चल लिए स्कूल सो गाइस देख लो आज कितना नहीं ओ माय गॉड ਸੋ ਗਾਇਸ ਫਤੇ ਸਿੰਘ ਨੂੰ ਕਰਵਾ ਦਿੱਤਾ ਸੀ ਮੈਂ ਬ੍ਰੇਕਫਾਸਟ ਸੋ ਫਤੇ ਸਿੰਘ ਤੇਰੀ ਬੋਟਲ ਤੇ ਲੈ ਕੀ ਬੱਬਾ ਹੈ ਯੁਗ ਬਈ ਯੁਗ ਸੋ ਗਾਇਸ ਗੋਟਨ ਗੋ ਕੁਇਕਲੀ ਫਤੇ ਸਿੰਘ ਵੇਅਰ ਇਜ਼ ਦ ਤੇਗਰੂਪ ਤੇਗਰੂਪ ਅਫੇ ਕਿ ਚਲ ਗਈ ਇਟ ਇਜ਼ ਰੇਨਿੰਗ ਆਹੋ ਮਾਈ ਗੋਡ ਲੁੱਕ ਟੂ ਦੈਟ ਕਿਸੇ ਡੰਗਰ ਨੇ ਇੱਥੇ ਸੈਕਰਾ ਤੇਤਾ ਆ ਜਾ ਪੁੱਤ ਹਾਏ ਹਾਏ ਜਲਦੀ ਆਓ ਓ ਮਾਈ ਗੋਡ ਤੇਗਰੂਪ ਦੈਟਸ ਬੈਡ ਯੂ ਨੋ ਦੈਟ ਹੇ ਫਤਿਹ ਦੋਨੇ ਬਰਾਵੜ ਜੋ ਅਮਰੇਲੇ ਵਿੱਚ ਮੇ ਕੋ ਮੇਰਾ ਕੋਟ ਹੈਗਾ ਅਮਰੇਲੇ ਚ ਵੜ ਨਹੀਂ ਤੂੰ ਰੁਕ ਉਹ ਐਨੀ ਰੇਨਿੰਗ ਦੇ ਵਿੱਚ ਵੀ ਫਤਿਹ ਸਿੰਘ ਆਇਆ ਸਕੂਲ ਇਹਨੇ ਫਤਿਹ ਸਿੰਘ oh my god ਗੋਦਨ ਗੋਦਨ ਸੋ ਫੋਰ ਥੀਸਿੰਗ ਇਸ ਗੂਡ ਸੋ ਗਾਇਸ ਮੈਂ ਹੁਣ ਚੱਲਦੀਆਂ ਕਾਰ ਨੂੰ ਸਾਰੇ ਜਾਨੀ ਵੀਰ ਵਿੱਚ ਭੇਜ-ਭੇਜ ਕੇ ਬੱਚਿਆਂ ਨੂੰ ਕਾਦੇ ਡ੍ਰੌਪ ਤੇ ਅਸੀਂ ਅੱਜ अर्ਲੀ ਆ ਗਏ ਸੀ ਐਕਚੁਅਲੀ ਥੋੜਾ ਜਿਹਾ अर्ਲੀ ਆ ਗਏ ਸੀ ਬਟ ਟਾਈਮ ਸੇ ਪਹੁੰਚ ਗਏ ਆ ਸੋ ਚੱਲਦੀਆਂ ਕਾਰ ਮਿਲਦੇ ਤਾਂ ਉਹਨਾਂ ਘਰ ਜੱਗੇ ਸੋ ਲੋਡ ਯੂ ਗਾਇਸ ਫਾਈਨਲੀ ਮੈਂ ਬੈਠ ਚੁੱਕੀ ਹਾਂ ਬਾਸ ਤੇ ਤੇ ਮੇਰਾ ਕੋਟ ਸਾਰਾ ਗਿੱਲਾ ਹੋ ਗਿਆ ਬਿਕਸ ਐਨੀ ਫਾਸਟ ਫਾਸਟ ਰੇਨਿੰਗ ਸੀ ਤੇ ਅਮਰੇਲਾ ਸਾਡੀ ਕੋ ਸੀ ਇੱਕ ਮਾਰਨਿੰਗ ਟਾਈਮ ਤੇ ਤੇ ਗਰੁੱਪ ਨੇ ਫਤੇ ਨੂੰ ਮੈਂ ਥੋੜਾ ਥੋੜਾ ਟਾਈਮ ਦਿੱਤਾ ਮੈਂ ਕਿਹਾ ਚਲੋ ਤੇ ਤੇ ਗਰੁੱਪ ਦੀ ਨਾ ਲਾਈਕ ਕਲਾਸ ਥੋੜੀ ਜਲਦੀ ਓਪਨ ਹੋ ਜਾਂਦੀ ਆ ਤੇ ਫਤੇ ਦੀ ਥੋੜੀ ਲੇਟ ਹੁੰਦੀ ਆ 15 ਮਿੰਟ ਫਿਰ ਅਸੀਂ ਵੇਟ ਕਰਦੇ ਤੇ ਉਹਨਾਂ ਨੂੰ ਫਾਸਟ ਮੀ ਆ ਗਿਆ ਸੀ ਤੇ ਮੈਂ ਫਤੇ ਨੂੰ ਅਮਰੇਲਾ ਦੇ ਦਿੱਤਾ ਤੇ ਮੈਂ ਕਿਹਾ ਬੱਚਾ ਸੇਫ ਰਵੇ ਮੈਂ ਤੇ ਚੱਲ ਕੋਈ ਨਾ ਕਾ ਜਾ ਕੇ ਚੇਂਜ ਕਰ ਲੂੰਗੀ ਸੋ ਫਾਈਨਲੀ ਹੁਣ ਮੈਂ ਬੈਠੀ ਬਸ ਜੇ ਤੇ ਮੇਰੇ ਕੱਪੜੇ ਵੀ ਜਿਹੜੀ ਬਾਵਾ ਇਹ ਨਾ ਆ ਵੀ ਗਿੱਲੀਆਂ ਸੁਕਾ ਜਾ ਕੇ ਕਰਦੀਆਂ ਚੇਂਜ oh my god ਮੈਂ ਪੁੱਠੇ ਸਿੱਧੇ ਇਥੇ ਮੂੰਹ ਬਣਾਉਂਦੀ ਆ ਤੇ ਮੇਰਾ ਸਾਰਾ ਫੇਸ ਵੀ ਗਿੱਲਾ ਹੋ ਚੁੱਕਾ ਹੈ ਅੱਗੋ-ਗੋ ਪੱਗ ਵੀ ਥੋੜੀ ਗਿੱਲੀ ਨਾ ਜਰੋਂਦੀ oh my god ਸੋ ਮੈਂ ਤੇ ਮੈਂ ਕਿ ਪੁੱਠੇ ਸਿੱਧੇ ਫੇਸ ਬਣਾ ਲਾ ਸੋ ਪਹੁੰਚਦੀਆਂ ਘਰ ਤੇ ਮਿਲਦੀਆਂ ਗਾਇਸ ਤੁਹਾਨੂੰ ਜੀ ਗਾਇਸ ਆ ਗਈਆਂ ਘਰ ਘਾਰਾ ਕਿ ਹੁਣ ਪੀਂ ਪੀਤੀ ਆ ਮੈਂ ਕਪਫ ਟੀ ਤੇ ਇੰਨੀ ਠੰਡ ਲੱਗਨਦੀ ਵਲੋਗਿੰਗ ਮੈਂ ਕੀਤੀ ਸੀ ਸੋ ਮੈਂ ਕੱਪੜੇ ਵਗੈਰਾ ਚੇਂਜ ਕਰਕੇ ਉੱਥੇ ਹੈਂਗ ਕਰ ਲਿਆ ਤੇ ਕੰਨ ਵੀ ਬਹੁਤ ਕੱਢਿਆ ਸਾਰੀ ਦਸਤਾਰ ਇਥੋਂ ਮੀਂਹ ਦੇ ਨਾਲ ਪੈ ਪੈ ਕੇ ਗਿੱਲੀ ਹੋ ਗਈ ਸੀ ਸੋ ਮੈਂ ਹੈਟ ਵੀ ਕੀਤੀ ਬਟ ਫਿਰ ਵੀ ਕਵਰ ਇੱਥੇ ਗਿੱਲੀ ਹੋ ਗਿਆ ਫੇਸ ਫੁੱਲ ਸਾਰਾ ਕੁਝ ਸੋ ਨਾਉ ਮੈਂ ਚਾਹ ਪੀ ਚੁੱਕੀ ਆ ਤੇ ਹੁਣ ਬਣਾਉਣੀ ਆ ਪਿੰਡੀਆਂ ਐਂਡ ਪਾਲਕ ਪਾ ਕੇ ਧਾਲ ਸੋਚਾ ਨੂੰ ਦਿਖਾ ਲਦੀ ਆ ਸੋ ਬਣਾਉਣੀ ਆ ਤੇ ਤੁਹਾਨੂੰ ਦਿਖਾ ਲਦੀ ਆ ਫਿਰ ਬਾਅਦ ਚ ਟਾਣਾ ਮੈਂ ਬੱਚੇ ਪਿਕ ਕਰਨਾ ਸੋ ਲਓ ਜੀ ਗਾਇਸ ਫਟਾਫਟ ਮੈਂ ਮਿਲਦੀ ਆ ਤੁਹਾਨੂੰ ਵਿਖਾਉਣੀ ਆ ਓਕੇ ਵੇਖ ਲਓ ਹੁਣ ਤੁਸੀਂ ਆ ਦੇਖ ਲਓ ਸੋ ਲਓ ਜੀ ਗਾਇਸ ਅੱਜ ਸੀ ਬਣਾਉਣ ਲੱਗੇ ਆ ਮਸਰ ਦੀ ਧਾਲ ਐਂਡ ਪਾਲਕ ਸੋ ਮੈਂ ਪਾਲ ਧਾਲ ਨੂੰ ਐਕਚੁਅਲੀ ਬੋਇਲ ਕਰ ਦਿੱਤਾ ਹੈ ਆਲਰੇਡੀ ਓ ਮਾਈ ਗੋਡ ਸੋ ਹੋਟ ਸੋ ਬੋਇਲਤਾ ਦਿੱਤਾ ਹੈ ਮੈਂ ਦਾਲ ਨੂੰ ਸੋ ਇੱਥੇ ਪਾਲਕ ਵੀ ਮੈਂ ਵਾਸ਼ ਕਰ ਲਈਆ ਬਸ ਇਹਨੂੰ ਕੱਟ ਕੇ ਬਾਅਦ ਵਿੱਚ ਐਡ ਕਰ ਲਈਆ ਹੁਣੇ 5 ਮਿੰਟ ਚ ਸੋ ਇੱਥੇ ਮੇਰੀਆਂ ਪਿੰਡੀਆਂ ਵੀ ਹੋ ਚੁੱਕੀਆਂ ਆ ਵਾਸ਼ ਬਸ ਇਹਨਾਂ ਨੂੰ ਕੱਟ ਕੇ ਬਣਾਉਣੀਆਂ ਤੇ ਇੱਧਰ ਮੈਂ ਆਟਾ ਗੁੰਨ ਲਈਆ ਆਟਾ ਮੇਰਾ ਥੋੜਾ ਬਚਿਆ ਸੀ ਸਵੇਰ ਦਾ ਐਕਚੁਅਲੀ ਕੱਲ ਦਾ ਰਾਤ ਦਾ ਸੋ ਮੈਂ ਕਿ ਰਹਿਣ ਦਿੰਦੀ ਆ ਜਾਂ ਮੈਂ ਬਣਾ ਲੂੰਗੀ ਸੋ ਲਓ ਜੀ ਆਟਾ ਵੀ ਗੁੰਨ ਲਿਆ ਸੋ ਚਲੋ ਹੁਣ ਲੱਗਦੇ ਆ ਕੰਮ ਨੂੰ ਸੋ ਗਾਇਸ ਜਿਹੜਾ ਬਣ ਜੂਗਾ ਸਾਰਾ ਕੁਝ ਤੇ ਤੁਹਾਨੂੰ ਦਿਖਾ ਲ ਦੂੰਗੀ ਜਿਹੜਾ ਡਿਨਰ ਦੀ ਪਲੇਟ ਸਜਾਉਂਗੀ ਨਾ ਤੇ ਤੁਸੀਂ ਆ ਦੇਖ ਦੇ ਦਿੰਦੇ ਹੋ ਨਾ ਤੇ ਸੋ ਲੋ ਜੀ ਬਣਾਉਨੇ ਅੱਜ ਦਾਲ ਐਂਡ ਪਾਲਕ ਸੋ ਲੋ ਜੀ ਗਾਇਸ ਇੱਥੇ ਮੇਰੀਆਂ ਪਿੰਡੀਆਂ ਵੀ ਚੋਪ ਹੋ ਗਈਆਂ ਐ ਇੱਥੇ ਅੰਨੀਆਂ ਨੇ ਟਮਾਟਰ ਐ ਦੋ ਟਮਾਟਰ ਲਈ ਸੀ ਛੋਟੇ ਸੋ ਤਿੰਨ ਚਾਰ ਲਈਆਂ ਸੀ ਗ੍ਰੀਨ ਚਿਲੀ ਸੋ ਇੱਥੇ ਮੇਰੇ ਭਿੰਡੀਆਂ ਦਾ ਸਮਾਨ ਵੀ ਹੋ ਗਿਆ ਤੇ ਇੱਥੇ ਮੇਰਾ ਦਾਲ ਤੜਕਾ ਵੀ ਇੱਦਾਂ ਇੱਥੇ ਮੈਂ ਅਨਿਅਨ ਗਾਰਲਿਕ ਜਿੰਜਰ ਐਂਡ ਗ੍ਰੀਨ ਚਿਲੀ ਐਂਡ ਥੋੜੀ ਜੀ ਪਾਲਕ ਜਿਹੜੀ ਸੀ ਨਾ ਉਹ ਕੱਟ ਵੱਢ ਲਈ ਆ ਸੋ ਫਰੈਸ਼ ਟਮਾਟਰ ਨਹੀਂ ਇਹਦੇ ਵਿੱਚ ਯੂਜ਼ ਕਰਨੇ ਇਹਦੇ ਵਿੱਚ ਆਵਲੇ ਯੂਜ਼ ਕਰੂੰਗੀ ਸੋ ਲਓ ਜੀ ਐ ਸਾਰਾ ਸਮਾਨ ਹੋ ਗਿਆ ਤੇ ਇੱਧਰ ਲਾਉਣ ਲੱਗੀ ਆ ਕੜਾਈਆਂ ਸੋ ਕੜਾਈ ਵੀ ਰੱਖ ਲਈ ਆ ਸੋ ਫਟਾਫਟ ਇੰਨਾ ਮੈਂ ਸਮਾਨ ਬਣਾਉਣੀ ਆ ਫਿਰ ਮਿਲਦੀ ਆ ਕਿਸ ਟਾਈਮ ਹੋ ਜਾਂਦਾ ਬੱਚੇਨ ਪਿਕ ਕਰਨ ਦਾ ਮੈਂ ਕਹੇ ਚਲ ਕੱਟਣ ਵੱਢਣ ਦਾ ਮੈਂ ਤੁਹਾਨੂੰ ਬਾਅਦ ਚ ਦਿਖਾਉਣੀ ਆ ਪਹਿਲੇ ਮੈਂ ਕੱਟ ਵੱਢ ਕੇ ਹੁਣ ਦਿਖਾ ਲਿਆ ਸੋ ਹੁਣ ਜਿਹੜਾ ਬਣ ਜੂਗਾ ਸਮਾਨ ਤੇ ਫੇਰ ਦਿਖਾ ਲੂੰਗੀ ਗਾਇਸ ਸੋ ਲਓ ਜੀ ਗਾਇਸ ਇੱਥੇ ਮੇਰੀ ਦਾਲ ਐਂਡ ਪਾਲਕ ਹੋ ਗਈ ਹੈ ਡਨ ਵਾਓ ਸੋ ਯਮੀ ਐਂਡ ਇੱਥੇ ਬੰਦੀਆਂ ਪਈਆਂ ਪਿੰਡੀਆਂ ਸੋ ਐਕਚੁਅਲੀ ਨਾ ਪਿੰਡੀਆਂ ਨੂੰ ਮੈਂ ਪਹਿਲੇ ਫਰਾਈ ਕਰਕੇ ਕੱਢ ਲਿਆ ਟਿਸ਼ੂ 'ਚ ਆਇਲ ਸਾਰਾ ਨਿਚੜ ਜੂਗਾ ਇਹਨਾਂ ਦਾ ਸੋ ਲੋਕ ਗਾਇਸ ਮੈਂ ਬਣਾ ਬਲੋ ਕਿ ਹੁਣ ਦੇਖੋ ਹਲਕੀ ਬਣਿਆ ਪਿੰਡੀਆਂ ਬਣ ਚੁੱਕੀਆਂ ਆ ਤੇ ਦਾਲ ਤੇ ਪਾਲਕ ਵੀ ਬਣ ਚੁੱਕੀ ਜਿਹੜਾ ਮੈਂ ਪਲੇਟ ਸਜਾਉਂਗੀ ਰਾਤ ਨੂੰ ਦਿਖਾ ਲੂੰਗੀ ਹੁਣ ਹੋ ਗਿਆ ਬੱਚਿਆਂ ਦਾ ਟਾਈਮ ਆ ਮੈਂ ਨਾ ਚੇਂਜ ਕਰਨ ਚੱਲੀ ਆ ਤੇ ਆ ਇੱਥੇ ਮੈਂ ਬੱਚੇ ਦਾ ਖਾਣਾ ਪੀਣਾ ਕੱਢ ਲਿਆ ਪੈਕ ਸੋ ਫਟਾਫਟ ਨਿਕਲਦੀ ਆ ਤੇ ਰਸਤੇ ਵਿੱਚ ਤੁਹਾਨੂੰ ਦਿਖਾ ਲਦੀ ਆ ਠੀਕ ਆ ਗਾਇਸ ਤੇ ਰਸਤੇ ਦਾ ਵਿਊ ਦਿਖਾ ਲਦੀ ਆ ਹਜੇ ਵੀ ਥੋੜੀ ਥੋੜੀ ਮੀਂਹ ਪੈ ਰਿਹਾ ਬਟ ਹੁਣ ਥੋੜਾ ਵੈਦਰ ਸਾਫ ਹੋਇਆ ਚਲੋ ਫਟਾਫਟ ਨਿਕਲਦੀ ਆ ਮਿਲਦੇ ਆ ਤੁਹਾਨੂੰ ਗਾਇਸ ਲਓ ਜੀ ਗਾਇਸ ਅਸੀਂ ਬੈਠ ਚੁੱਕੇ ਆਂ ਟ੍ਰੇਨ ਤੇ ਤੇ ਫਤਿਹ ਸਿੰਘ ਖਾਂਦਾ ਪਿਆ ਆਪਣੀ ਰੋਟੀ ਐਂਡ ਸਬਜੀ ਸੋ ਤੇ ਗਰੁੱਪ ਵੀ ਜਿਹਨਾਂ ਮੈਂ ਸਬਜੀ ਲੈ ਲੈ ਕੇ ਰੋਟੀ ਨਾ ਵਿੱਚੇ ਮੈਂ ਸਾਰਾ ਕੁਝ ਪਾ ਕੇ ਨਾ ਤੇ ਰੈਪ ਜੇ ਬਣਾ ਕੇ ਲੈਣਾ ਵਾਸਤੇ ਤੇ ਲੈਣ ਨਹੀਂ ਨਹੀਂ ਤੇ ਫਿਰ ਉਹ ਜੇ ਕਸ ਟਾਈਮ ਲੱਗ ਜਾਂਦਾ ਨਾ ਤੇ ਫਿਰ ਰਸਤੇ ਵਿੱਚ ਇਹ ਦੋਨੇ ਪੂਰਾ ਖਾ ਲੈਂਦੇ ਆ ਸੋ ਕਦੀ ਚੋਲ ਕਦੀ ਪਾਸਤਾ ਕਦੀ ਮੈਗੀ ਕਦੀ ਨੂਡਲ ਤੇ ਕਦੀ ਡਿਫਰੈਂਟ ਡਿਫਰੈਂਟ ਪ੍ਰਕਾਰ ਦੀਆਂ ਇਹਨਾਂ ਦਾ ਖਾਣਾ ਪੀਣਾ ਮੈਂ ਲੈ ਕੇ ਆਉਂਦੀ ਰਹਿੰਦੀ ਆ ਸੋ ਲਓ ਜੀ ਗਾਇਸ ਬੱਚੇ ਖਾਂਦੇ ਆ ਕਰਦੇ ਐਨਜੋਏ ਤੇ ਮਿਲਦੀ ਆ ਅਸੀਂ ਤੁਹਾਨੂੰ ਰਸਤੇ ਵਿੱਚ ਜਾ ਕੇ ਜੀ ਲਾਈਕ ਕੇ ਆ ਮੈਂ ਬੇਬੀ ਮਰ ਕਿਊਟੀ ਕਿਟੀ ਆਏ ਆਏ ਮੈਂ ਬੇਬੀ ਫਤੇ ਸਿੰਘ ਦਾ ਚੱਲਦਾ ਪਰ ਨਾਲੇ ਨਾਲ ਖਾਣਾ ਤੇ ਨਾਲੇ ਨਾਲ ਫਨ ਤੇ ਮੈਂ ਕਿਹਾ ਚੁੱਪ ਕਰਕੇ ਖਾਣਾ ਤੇ ਗਰੁੱਪ ਦੇਖ ਰਹੇ ਆ ਕਹਿੰਦਾ ਸਾਰੇ ਜਣੇ ਦੇਖਣਦੇ ਮੈਨੂੰ ਮੈਂ ਕਿਹਾ ਚੁੱਪ ਕਰਕੇ ਖਾਣਾ ਹੁਣ ਨਹੀਂ ਭੈਣੋ ਰਸਤਾ ਤੇ ਦੇ ਦਿਓ ਸਾਨੂੰ ਜਾਣਦਾ ਸਾਰਾ ਰਸਤਾ ਮਲ ਕੇ ਬੈ ਗਈਆਂ ਸੋ ਗਾਇਸ ਫਾਈਨਲੀ ਪਹੁੰਚ ਗਏ ਆ ਕਾਰ ਤੇ ਅਜ ਨਾਨੀਆਂ ਜੀਆਂ ਉੱਥੇ ਬਹਿ ਕੇ ਇੱਕ ਦੂਜੇ ਲੜਨ ਦੇ ਆ ਖਲੋ ਕੇ ਸੋ ਸਾਨੂੰ ਰਸਤਾ ਨਹੀਂ ਦੇਂਦੀਆਂ ਮੈਂ ਕਿਹਾ ਰਸਤਾ ਤੇ ਦੋ ਸਾਨੂੰ ਅਹੀਂ ਤੇ ਪਹੁੰਚੀਏ ਕਾਰ ਸੋ ਫਾਈਨਲੀ ਪਹੁੰਚੀਆ ਕਾਰ ਤੇ ਪੀਨੇ ਆ ਕੱਪ ਆਫ ਟੀ ਤੇ ਦੇਨੇ ਆ ਬੱਚਿਆਂ ਨੂੰ ਡਿਨਰ ਸੋ ਲਓ ਜੀ ਗਾਇਸ ਬੱਚੀ ਆ ਗਈ ਕਾਰ ਫਤੀ ਹੈਲੋ ਗਾਇਸ ਕਾ ਤੂ ਹੈਲੋ ਗਾਇਸ ਕੱਪਾ ਤੂ ਦਸੈ ਨੋਲਾ ਸੈ ਖੋਲ ਗੁੱਡ ਬாய் ਸੋ ਲੋਜ ਗਾਇਸ ਬੱਚੇ ਥੱਕ ਗਏ ਸੀ ਤੇ ਕੱਪੜੇ ਵਗੈਰਾ ਚੇਂਜ ਕਰ ਲਏ ਤੇ ਹੁਣ ਕਹਿੰਦੇ ਹਨ ਨੂੰ ਫੇਰ ਲੱਗੀ ਭੁੱਖ ਤੇ ਮੈਂ ਕਿਹਾ ਚੱਲ ਇੱਕ ਇੱਕ ਪ੍ਰਸ਼ਾਦਾ ਛਕ ਲੋ ਸੋ ਮੈਂ ਪਿੰਡੀਆਂ ਬਣਾ ਗਈ ਸੀ ਨਾਲ ਦਾਲ ਤੇ ਪਾਲਕ ਬਣਾਈ ਸੀ ਸੋ ਲੋਜ ਗਾਇਸ ਇੱਥੇ ਡਿਨਰ ਹੋ ਗਿਆ ਤਿਆਰ ਹੈ ਪਲੇਟਾਂ ਸਜ ਕੇ ਹੋ ਗਈਆਂ ਤਿਆਰ ਤੇ ਬੱਚੇ ਖਾਂਦੇ ਆ ਤੇ ਕਰਦੇ ਆ ਇੰਜੋਏ ਤੇ ਫੇਰ ਇਹਨਾਂ ਨੇ ਜਾਣਾ ਸਵੇਰ ਨੂੰ ਸਕੂਲੇ ਤੇ ਮੈਂ ਕਿਹਾ ਫਟਾਫਟ ਖਾ ਲੋ ਸੋ ਗਾਇਸ ਆ ਮੇਰੀਆਂ ਪਿੰਡੀਆਂ ਬਣੀਆਂ ਆ ਅੱਜ ਪਿੰਡੀਆਂ ਕਿੱਦਾਂ ਬਣੀਆਂ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਮੈਨੂੰ ਕਿ ਮੇਕ ਐ ਕਿੰਦਾ ਕਿੰਦਾ ਯੰਮੀ ਫੂਡ ਐ ਚੇਸਟੀ ਫੂਡ ਐ ਦੱਸਦਿਆ ਕਰੋ ਮੈਨ ਸੋ ਲੋਜ ਗਾਇਸ ਇੱਥੇ ਡਿਨਰ ਬਣ ਕੇ ਹੋ ਗਿਆ ਤਿਆਰ ਤੇ ਸੱਜ ਕੇ ਤੇ ਇੱਥੇ ਕਰਦੇ ਆ ਸਾਰਿਆਂ ਨੂੰ ਗੁੱਡ ਨਾਈਟ ਬਾਏ ਬਾਏ ਗਾਇਸ ਲੁੱਕ ਆਫਟਰ ਯਰ self ਤੇ ਇੱਥੇ ਹਨੇਰਾ ਵੀ ਹੋ ਗਿਆ ਤੇ ਬੱਚਿਆਂ ਨੂੰ ਮੈਂ ਕਿਹਾ ਚਲੋ ਵੜ ਜੋ ਹੁਣ ਤੁਸੀਂ ਬੈੱਡਾਂ 'ਚ ਜਾ ਕੇ ਹਨੇਰਾ ਹੋ ਗਿਆ ਡਾਰਕ ਹੋਣ ਲੱਗਾ ਆ ਸੋ 8 ਵਜ ਗਏ ਐਕਚੁਅਲੀ 8 8:30 ਦਾ ਟਾਈਮ ਆ ਬਟ ਥੋੜਾ ਥੋੜਾ ਜਿਹਾ ਚਾਨਣ ਲੱਗਣ ਦੇ ਬਟ ਫਿਰ ਵੀ ਹਨੇਰਾ ਹੋ ਚੁੱਕਾ ਬੈੱਡ ਟਾਈਮ ਬੱਚਿਆਂ ਦਾ ਹੋ ਗਿਆ ਸਵੇਰੇ ਸਕੂਲ ਜਾਣਾ ਹੁੰਦਾ ਤੇ ਮੈਂ ਕਿਹਾ ਰੈਸਟ ਮਿਲ ਜਾਂਦੀ ਜਿਸ ਤਰ੍ਹਾਂ ਬੱਚਿਆਂ ਨੂੰ ਫਿਰ ਰੈਸਟ ਨਹੀਂ ਮਿਲਦੀ ਸੋ ਲੋਜ ਗਾਇਸ ਗੁੱਡ ਨਾਈਟ ਹੈਵ ਅ ਲਵਲੀ ਡੇ ਲ to yourself bye